ਤੁਸੀਂ ਵੇਖ ਰਹੇ ਹੋ ਪੰਜਾਬ ਟੂਡੇ ਨਿਊਜ਼। ਜੀਤ ਸਿੰਘ ਕੀ ਗੱਲ ਹੈ ਜੀ? ਆਉਂਦਿਆਂ ਗਾੜੀ ਕਰਦਾ ਨੇ, ਬਚਾਉਂਦਿਆਂ ਬਚਾਉਂਦਿਆਂ ਗੱਡੀ ਇੱਧਰ ਲੈ ਦਿੱਤੀ। ਨਹੀਂ, ਉਧਰੋਂ ਦੀ ਗੱਡੀ ਇੱਧਰ ਕਿੱਧਰ ਆ ਗਈ? ਇੱਧਰ ਉਧਰੋਂ ਬਚਾਉਣ ਦੇ ਖਾਤਰ ਗਾੜੀ ਵੀ ਗੱਡੀਆਂ ਹੁੰਦੀਆਂ ਇਹ, ਅਗਲਿਆਂ ਨੂੰ ਬਚਾਉਂਦਿਆਂ ਬਚਾਉਂਦਿਆਂ ਇੱਧਰ ਲਿਆਉਂਦੀਆਂ, ਨਹੀਂ ਕੋਈ ਫਿਰ ਵੀ ਥੱਲੇ ਆਣ ਕੇ ਮਾਰਿਆ ਨੇ। ਮੇਰਾ ਡਾਕਟਰ ਸਤਿੰਦਰ ਸਿੰਘ ਵਾਲੀ ਆ, ਮੈਂ ਇੱਥੇ ਮੈਨੂੰ ਨਹੀਂ ਪਤਾ ਹੈਗਾ ਸਰ, ਮੈਂ ਤਾਂ ਇੱਥੇ ਐਕਸੀਡੈਂਟ ਵੇਖਣਾ, ਪਰ ਇੱਥੇ ਹਰ ਦੂਜੇ ਤੀਜੇ ਦਿਨ ਇੱਥੇ ਐਕਸੀਡੈਂਟ ਹੋ ਰਿਹਾ। ਕਿਹੜੀ ਜਗ੍ਹਾ ਦੇ ਭਾਜੀ? ਕਿਹੜੀ ਕਿਹੜੀ? ਤੁਹਾਨੂੰ ਪਤਾ ਸ਼ਿਵਾਲਾ ਚੌਂਕ ਦੇ ਵਿੱਚ ਭਾਜੀ, ਇਹ ਮੈਨੂੰ ਨਹੀਂ ਪਤਾ ਸਰ, ਆਇਆ ਨੋਟ ਆਇਆ ਤਾਂ ਜਸਟ ਇੱਥੇ ਮੇਰਾ ਘਰ ਹੈਗਾ ਤੇ ਮੈਂ ਤੁਹਾਨੂੰ ਦੱਸ, ਪਰ ਹਰ ਤੀਜੇ ਚੌਥੇ ਦਿਨ ਇੱਥੇ ਐਕਸੀਡੈਂਟ ਹੋ ਰਿਹਾ। ਦੇਖੋ ਸਰ, ਇਹ ਚਾਵਲਾ ਬਟਾਲ ਰੋਡ ਦਾ ਵਾਸੀ ਹਾਂ ਮੈਂ, ਤੁਸੀਂ ਇਹ ਦੇਖੋ ਬੱਸ ਜਿਹੜੀ ਹੈਗੀ ਆ ਬਿਲਕੁਲ ਰੋਂਗ ਸਾਈਡ ਖੜੀ ਹੈ, ਰੋਂਗ ਸਾਈਡ ਤੋਂ ਬੱਸ ਆ ਰਹੀ ਹੈ। ਉਲਟਾ ਮੈਟਰੋ ਬੱਸ ਵਾਲਿਆਂ ਨੇ ਇਹ ਰੂਲ ਰੱਖਿਆ ਕਿ ਬੱਸ ਅੰਦਰੋਂ ਦੀ ਨਹੀਂ ਆ ਸਕਦੀ ਜਦੋਂ ਪੀਲੀ ਬੱਸ ਆਉਂਦੀ ਹੈ। ਪੰਜਾਬ ਰੋਡਵੇ ਦੀ ਬੱਸ ਬੱਸ ਨੰਬਰ ਹੈਗਾ ਜੀ, ਤੁਸੀਂ ਦੱਸ ਸਕਦੇ PB02 ਜਿਹੜੀ ਵੀ ਬੱਸ ਦਾ ਨੰਬਰ ਹੈਗਾ ਜੀ। ਰੋਂਗ ਸਾਈਡ ਬੱਸ ਡਰਾਈਵਰ ਲੈ ਗਿਆ ਜੇ, ਉਸ ਤੋਂ ਬਾਅਦ ਇੱਕ ਬੰਦਾ ਜਿਹੜਾ ਕਿ ਵੇਖਣ 'ਚ ਬੋਲਦਾ ਸ਼ੋਅ ਕਰ ਨਹੀਂ, ਸਾਈਕਲ ਉਹਦਾ ਮਗਰ ਲੱਗਾ ਬੰਦੇ ਦਾ, ਉਹਦੇ ਘਰ 'ਚੋਂ ਅੱਧਾ ਅੱਧਾ ਕਿਲੋ ਦਾਲ ਲੈ ਕੇ ਅਗਲਾ ਘਰ ਜਾ ਰਿਹਾ, ਨਵੇਂ ਕੱਪੜੇ ਅਗਲਾ ਪੈਂਟਾਂ ਲੈ ਕੇ ਆਪਣਾ ਘਰ ਜਾ ਰਿਹਾ ਅਗਲਾ, ਉਹਦੀ ਹੱਤਿਆ ਹੋ ਗਈ। ਮੈਨੂੰ ਕਿ ਉਹਦਾ ਹੱਤਿਆ ਹੀ ਕਹਿ ਸਕਦੇ ਹੋ ਕਿ ਬੱਸ ਵਾਲੇ ਬੰਦਾ ਆ ਗਿਆ, ਸਾਈਕਲ 'ਤੇ ਬੰਦਾ ਹੈਗਾ ਸੀ। ਪੁਲਿਸ ਵਾਲਿਆਂ ਨੇ ਹਾਲੇ 15-20 ਅੱਧਾ ਘੰਟਾ ਹੋਇਆ ਗੱਲ ਨੂੰ, ਕੋਈ ਨਹੀਂ ਪਤਾ ਬੰਦਾ ਕੌਣ ਸੀ, ਕਿੱਥੋਂ ਦਾ, ਕਿਵੇਂ ਦਾ, ਕੀ ਨਹੀਂ ਹੈ। ਠੀਕ ਹੈ ਜੀ, ਪੁਲਿਸ ਪ੍ਰਸ਼ਾਸਨ ਨੂੰ ਆਪਾਂ ਕੇ ਬੇਨਤੀ ਕਰਦੇ ਹਾਂ ਕਿ ਜਿਹੜਾ ਇਹ ਚੌਂਕ ਬਣਾਇਆ ਗਿਆ ਜੀ, ਪਹਿਲਾਂ ਸਭ ਤੋਂ ਪਹਿਲਾਂ ਤੁਸੀਂ ਸਿਸਟਮ ਵਾਈਜ਼ ਪੂਰੀ ਲਾਈਟ ਇਹ ਭਾਈ ਸ਼ਵਾਲਾ ਚੌਂਕ 'ਚ ਵਾਰਦਾਤ ਹੋਈ ਜੇ ਇਹ ਚੀਜ਼ ਦੀ, ਤੁਸੀਂ ਇਸ ਚੌਂਕ ਵਿੱਚ ਵੇਖੋ ਤੁਸੀਂ ਕੋਈ ਵੀ ਸਿਸਟਮ ਵਾਈਜ਼ ਕੰਮ ਨਹੀਂ ਚੱਲ ਰਿਹਾ। ਉਸ ਤਰ੍ਹਾਂ ਅੰਮ੍ਰਿਤਸਰ ਦੀ ਪੰਜਾਬ ਪੁਲਿਸ ਨੇ 50 ਨਾਕੇ ਲਾਏ, ਟ੍ਰੈਫਿਕ ਪੁਲਿਸ ਨੇ 50 ਨਾਕੇ ਲਾਏ ਨੇ ਹਰ ਇੱਕ ਸ਼ਹਿਰ ਦੇ ਅੰਦਰ। ਫਤਿਹਗੜ੍ਹ ਚੂੜੀਆਂ ਰੋਡ 'ਤੇ ਲਾ ਲਓ ਅੰਦਰ ਆਉਣ ਦਾ ਨਾਕਾ ਲੱਗਾ ਹੋਇਆ ਜੇ, ਮੀਠਾ ਰੋਡ 'ਤੇ ਲਾ ਲਓ ਅੰਦਰ ਆਉਣ ਦਾ ਨਾਕਾ ਲੱਗਾ ਹੋਇਆ ਜੇ। ਹਾਂਜੀ, ਇਸ ਚੌਂਕ ਵਿੱਚ ਬਾਈ ਲਾਈਟਾਂ ਹੋਣੀਆਂ ਚਾਹੀਦੀਆਂ ਨੇ, ਪਲੱਸ ਨਾਲ 2 ਮੁਲਾਜ਼ਮ ਹਰ ਟਾਈਮ ਖੜੇ ਹੋਣੇ ਚਾਹੀਦੇ ਲੋਕਾਂ ਦੀ ਸੁਰੱਖਿਆ ਵਾਸਤੇ, ਟ੍ਰੈਫਿਕ ਵਾਲੇ ਖੜੇ ਹੋਣੇ ਚਾਹੀਦੇ ਆ। ਅਗਰ ਟ੍ਰੈਫਿਕ ਵਾਲੇ ਨਹੀਂ ਖੜੇ ਹੋਣੇ ਚਾਹੀਦੇ ਤਾਂ ਪੰਜਾਬ ਪੁਲਿਸ ਨੂੰ ਆਪਾਂ 2 ਮੁਲਾਜ਼ਮ ਹਰ ਟਾਈਮ ਪੱਕੇ ਖੜੇ ਕਰਨੇ ਚਾਹੀਦੇ ਸੀ, ਸਾਡੀ ਇਹੀ ਤੁਹਾਡੇ ਅੱਗੇ ਬੇਨਤੀ ਹੈਗੀ ਹੈ। ਬਾਕੀ ਕੇਅਰ ਐਂਡ ਕਿਉਰ ਹੋਸਪਿਟਲ ਬੰਦਾ ਦਾਖਲ ਹੈਗਾ ਜੇ, ਉਹ ਬੰਦਾ ਮਰ ਚੁੱਕਿਆ ਅੱਜ ਇਸ ਟਾਈਮ ਭਾਜੀ। ਬਸ ਭਾਜੀ, ਐਕਸੀਡੈਂਟ ਹੋਇਆ ਵਾ ਤੇ ਮੈਂ ਆਪਣਾ ਬੱਸ ਦੇ ਨਾਲ ਹੋਇਆ ਵਾ। ਕਿਹੜੀ ਜਗ੍ਹਾ ਤੇ ਆ ਗਈ ਐਕਸੀਡੈਂਟ? ਆ ਵੇਖ ਸਾਹਮਣੇ ਦੇਖੋ, ਸਾਹਮਣੇ ਵੇਖ ਕੇ ਬੋਲੋ ਕਿਹੜੀ ਜਗ੍ਹਾ ਦੇ ਉੱਤੇ, ਕੀ ਨਾਂ ਸੜਕ ਦਾ? ਇਹ ਸਵਾਲਾ ਫਾਟਕ, ਸਵਾਲਾ ਤੀਰ ਪੈਂਟ, ਸਵਾਲਾ ਮੰਦਰ ਦਾ। ਅੱਛਾ, ਬੱਸ ਗੱਲ ਤਾਂ ਆ ਰਹੀ ਜੀ? ਬੱਸ ਵਾਲੇ ਚੌਂਕੀ ਲੈ ਕੇ ਗਿਆ, ਸਵਾਲੇ ਚੌਂਕੀ ਉੱਥੇ ਬਿਠਾਇਆ ਵਾ ਜੀ, ਬੰਦਾ ਮਰ ਗਿਆ ਵਾ। ਬੱਸ ਨਾਲ ਐਕਸੀਡੈਂਟ ਹੋਇਆ ਵਾ ਤੇ ਬੰਦੇ ਦੀ ਡੈਥ ਹੋ ਗਈ ਆ। ਇਹ ਪਠਾਨਕੋਟ ਵੱਲੋਂ ਆ ਰਹੀ ਆ ਬੱਸ। ਭਾਜੀ ਆਉਂਦੇ ਜਦੋਂ ਮੌਕਾ ਦੇਖ ਕੇ ਉਹਨਾਂ ਨੇ ਬੱਸਾਂ ਨੇ ਆਉਣਾ ਵਾ, ਬੱਸ ਇੱਧਰ ਨੂੰ ਆ ਗਈ, ਡਰਾਈਵਰ ਨੂੰ ਅੰਦਰ ਬਿਠਾਇਆ ਵਾ ਮਜੀਠਾ ਔਰ ਆਪਣਾ ਚੌਂਕੀ Please subscribe our channel for more updates. You can follow us Twitter and Facebook. ਤੁਸੀਂ ਵੇਖ ਰਹੇ ਹੋ ਪੰਜਾਬ ਟੂਡੇ ਨਿਊਜ਼।